ਵਾਰੀ ਦੀ ਗੱਲ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ ਹੱਥ ਵਿੱਚ ਇੱਕ ਪਿਆਲਾ ਫੜਿਆ ਹੋਇਆ ਸੀ। ਉਹਨਾਂ ਦੇ ਹੱਥੋਂ ਉਹ ਪਿਆਲਾ ਫਿਸਲ ਕੇ ਇੱਕ ਗੱਡੇ ਵਿੱਚ ਡਿੱਪਿਆ। ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਇਹ ਪਿਆਲਾ ਕੱਢਣ ਲਈ ਕਿਹਾ, ਪਰ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ। ਫਿਰ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਵੱਲ ਵੇਖਿਆ। ਬਾਬਾ ਲਹਿਣਾ ਬਿਨਾਂ ਕੁਛ ਬੋਲੇ ਉਸੇ ਵੇਲੇ ਗੱਡੇ ਵਿੱਚ ਵੜੇ, ਉਹ ਪਿਆਲਾ ਬਾਹਰ ਕੱਢ ਕੇ ਲਿਆਏ, ਫਿਰ ਉਹਨੂੰ ਸਾਫ਼ ਪਾਣੀ ਨਾਲ ਧੋ ਕੇ ਗੁਰੂ ਨਾਨਕ ਦੇਵ ਜੀ ਨੂੰ ਦੇ ਦਿੱਤਾ।